ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ, ਤੁਸੀਂ ਦੇਖ ਰਹੇ ਤੁਹਾਡਾ ਆਪਣਾ ਚੈਨਲ ਪੀ ਐੱਸ ਮਸ਼ੀਰੀਆ। ਅਤੇ ਅੱਜ ਆਪਾਂ ਸਾਡੇ ਕਿਸੇ ਵੀਰ ਨੂੰ ਬਲੱਡ ਦੀ ਲੋੜ ਸੀ ਅਤੇ ਉਹਦੇ ਲਈ ਆਪਾਂ ਕਿਡਨੀ ਹੋਸਪਿਟਲ ਆਏ ਹਾਂ ਜੀ। ਬਲੱਡ ਦੇਣ ਲਈ ਵੀ ਪਹਿਲਾਂ ਕੈਸ਼ ਕਾਊਂਟਰ 'ਤੇ 1,550 ਰੁਪਈਆ ਪੇਮੈਂਟ ਕਰਨੀ ਪੈਣੀ ਹੈ ਜੀ। ਉਸ ਤੋਂ ਬਾਅਦ ਆਪਾਂ ਬਲੱਡ ਦੇਵਾਂਗੇ ਅਤੇ ਪਹਿਲਾਂ ਜਾ ਕੇ ਪੇਮੈਂਟ ਕਰਾਈਏ, ਫਿਰ ਦੇਖਦੇ ਹਾਂ। ਪੇਮੈਂਟ ਕਰਨ ਤੋਂ ਬਾਅਦ ਆਪਾਂ ਬਲੱਡ ਬੈਂਕ 'ਚ ਆ ਕੇ ਬੈਠੇ ਹਾਂ ਅਤੇ ਡਾਕਟਰ ਸਾਹਿਬ ਨੇ ਵੇਟ ਕਰਨ ਨੂੰ ਕਿਹਾ ਹੈ। ਲਓ ਜੀ, ਪਹਿਲਾਂ ਸੈਂਪਲ ਲੈ ਜਾਣਗੇ ਆਪਣੇ ਬਲੱਡ ਦੇ ਅਤੇ ਉਸ ਤੋਂ ਬਾਅਦ ਆਪਾਂ ਦੇਵਾਂਗੇ ਬਲੱਡ। ਠੀਕ ਹੈ ਜੀ। ਬਾਈ ਹੋਰ ਨਹੀਂ ਆਪਣੇ ਸੰਦ ਟੱਪਾ ਕੱਢੀ ਜਾਂਦੇ ਆ। ਲਓ ਜੀ, ਹੋ ਗਈ ਮੁੱਠੀ ਬੰਦ। ਲਓ ਜੀ, ਬਲੱਡ ਦਾ ਸੈਂਪਲ ਵੀਰ ਹੁਣ ਨੇ ਲੈ ਲਿਆ ਅਤੇ ਇਹ ਸੈਂਪਲ ਹੋਣਗੇ ਬਲੱਡ ਟੈਸਟ ਭਾਜੀ। ਠੀਕ ਆ ਜੀ। ਅਤੇ ਸੈਂਪਲ ਨਾਲ ਸਾਡੇ ਵੀਰ ਹੋਰ ਵੀ ਆਇਆ ਕਿਸੇ ਦਾ ਬਲੱਡ ਦੇਣ, ਇਹਨਾਂ ਦਾ ਵੀ ਸੈਂਪਲ ਪਹਿਲਾਂ ਲੈਣਾ ਆ। ਇਹਨਾਂ ਦੇ ਵੀ ਅੱਧੀ ਸਿੰਚ ਖੂਨ ਕੱਢਿਆ ਜਾਊਗਾ। ਆਹ ਡਾਕਟਰ ਸਾਹਿਬ ਜਿਹੜੇ ਖੂਨ ਪੀਂਦੇ ਆ। ਲਓ ਜੀ, ਬਾਈ ਹੁਣਾਂ ਦਾ ਖੂਨ 14 ਗ੍ਰਾਮ, ਆਪਣੇ ਥੋੜ੍ਹਾ ਘੱਟ ਆ 12.6, ਅਤੇ ਪਹਿਲਾਂ ਚੈੱਕ ਕੀਤਾ ਜਾਂਦਾ ਆ। ਉਹ ਤੋਂ ਬਾਅਦ ਆ ਦੇਖੋ ਫੋਰਮ ਫਿਲ ਕੀਤਾ ਜਾਂਦਾ ਆ, ਤੁਹਾਡਾ ਐਡਰੈਸ, ਨਾਮ, ਪਿਤਾ ਜੀ ਦਾ ਨਾਮ ਸਾਰਾ ਭਰਿਆ ਜਾਂਦਾ, ਤੁਹਾਡੀ ਪੂਰੀ ਇਨਫੋਰਮੇਸ਼ਨ ਰੱਖੀ ਜਾਂਦੀ ਆ, ਤੁਹਾਡਾ ਬਲੱਡ ਗਰੁੱਪ। ਕਿਤੇ ਭਵਿੱਖ 'ਚ ਵੀ ਲੋੜ ਪੈ ਜਾਵੇ ਤਾਂ ਤੁਹਾਡੇ ਨਾਲ ਜਲਦੀ ਕੰਸਰਨ ਬਲੱਡ ਬੈਂਕ ਵਾਲੇ ਕਰ ਲੈਂਦੇ ਆ। ਆਪਣਾ ਵੀ ਇਸੇ ਤਰ੍ਹਾਂ ਫੋਰਮ ਫਿਲ ਹੋ ਕੇ ਫਿਰ ਆਪਾਂ ਇਹਦਾ ਖੂਨ ਕਢਾਉਂਦੇ ਹਾਂ ਸਰੀਰ 'ਚੋਂ, ਕਿਉਂਕਿ ਕਹਿੰਦੇ ਜ਼ਿਆਦਾ ਖੂਨ ਵੀ ਮਾੜਾ ਆ। ਅਤੇ ਨਾਲੇ ਜਦੋਂ ਤੁਸੀਂ ਖੂਨ ਦਾਨ ਕਰਦੇ ਆ, ਉਸ ਤੋਂ ਬਾਅਦ ਤੁਹਾਡੇ ਜਿਹੜੇ ਸੁੱਤੇ ਹੋਏ ਸੈੱਲ ਆ ਉਹ ਕੰਮ ਕਰਦੇ ਆ, ਨਵਾਂ ਖੂਨ ਬਣਾਉਣ 'ਚ ਸਹਾਇਤਾ ਮਿਲਦੀ ਆ ਉਹਨਾਂ ਨੂੰ। ਜੇ ਖੂਨ ਪੂਰਾ ਆ ਤਾਂ ਫਿਰ ਬੋਡੀ ਉਸੇ ਤਰ੍ਹਾਂ ਰਿਲੈਕਸ ਬੈਠੀ ਆ। ਇਹ ਤਾਂ 3 ਫੋਰਮ ਫਿਲ ਕੀਤੇ ਜਾਂਦੇ ਆ, ਜਿਹਨਾਂ ਵਿੱਚ ਐੱਚ ਆਈ ਵੀ ਟੈਸਟ ਹੁੰਦਾ ਆ ਅਤੇ ਦੂਸਰਾ ਭਾਜੀ ਕਹਿੰਦਾ ਜੀ ਵੈਸੇ ਕੰਸੈਂਟ ਫੋਰਮ ਹੈਗਾ ਤੁਹਾਡਾ ਬਲੱਡ ਦੇਣ ਦੀ ਮਨਜ਼ੂਰੀ ਦਾ। ਮਨਜ਼ੂਰੀ ਤੁਹਾਡੀ ਬਲੱਡ ਦੇਣ ਦੀ ਮਨਜ਼ੂਰੀ ਦਾ ਇਹ ਵਾਲਾ ਫੋਰਮ ਹੁੰਦਾ ਹੈ ਜੀ। ਐਡਰੈਸ ਵਗੈਰਾ, ਬਾਇਓਡਾਟਾ, ਇਹ ਤਾਂ ਤੁਹਾਡਾ ਬਾਇਓਡਾਟਾ। ਅਤੇ ਦੇਖੋ 3 ਫੋਰਮ ਫਿਲ ਕਰਕੇ ਤੁਹਾਡੇ ਸਿਗਨੇਚਰਸ ਹੁੰਦੇ ਆ, ਤੁਹਾਡੀ ਮਰਜ਼ੀ ਤੋਂ ਬਿਨਾਂ ਕੁਛ ਨਹੀਂ ਕੀਤਾ ਜਾਂਦਾ। ਆਹ 3 ਫੋਰਮ ਵੀਰ ਦੇ ਹੋ ਗਏ ਫਿਲ। ਆਸ਼ੂ ਨਾਮ ਭਾਅ ਜੀ, ਆਸ਼ੂ ਆਸ਼ੂ ਵੀਰ ਆਪਣਾ ਚਗਿੱਟੀ ਤੋਂ। ਅਤੇ ਹੁਣ ਆਪਣਾ ਨੰਬਰ ਆ ਗਿਆ ਜੀ, ਆਪਣੇ ਫੋਰਮ ਫਿਲ ਹੋਊਗਾ ਸਾਰਾ। ਆਪਾਂ ਆਧਾਰ ਕਾਰਡ ਆਪਣਾ ਦਿੱਤਾ ਹੋਇਆ। ਸਾਰੇ ਪੇਪਰ ਭਰਨ ਤੋਂ ਬਾਅਦ ਆ ਵੀਰ ਨੂੰ ਪਾ ਤਾ ਲੰਮਾ ਟੇਢੇ ਮੇਢੇ ਜਿਹੇ ਬਿੜ ਦੇ। ਦੇਖੋ ਸਪੈਸ਼ਲ ਪੈਕਟ ਹੁੰਦਾ ਜਿਹਦੇ ਵਿੱਚ ਤੁਹਾਡਾ ਨਾ ਬਲੱਡ ਕੱਢਿਆ ਜਾਂਦਾ ਆ। ਅਤੇ ਆਹ ਵੇਟ ਮਸ਼ੀਨ ਹੁੰਦੀ ਆ। ਬਲੱਡ ਨਿਕਲਣ ਤੋਂ ਬਸ 5 ਤੋਂ 7 ਮਿੰਟ ਦੇ ਵਿੱਚ ਵਿੱਚ 2 ਤੋਂ 2.5 ਗ੍ਰਾਮ ਬਲੱਡ ਤੁਹਾਡੇ ਵਿੱਚ ਨਿਕਲ ਜਾਂਦਾ। ਡਾਕਟਰ ਸਾਹਿਬ ਕਿੰਨਾ ਟਾਈਮ ਲੱਗਦਾ ਫਿਰ ਦੁਬਾਰਾ ਇੰਨਾ ਬਣਨ ਨੂੰ? 48 ਘੰਟੇ ਪੂਰਾ ਹੋ ਜਾਂਦਾ ਹੈ। ਠੀਕ ਹੈ ਜੀ। ਜਿਹੜਾ 2 ਤੋਂ 2.5 ਗ੍ਰਾਮ ਖੂਨ ਹੈ ਤੁਹਾਡੀ ਬੋਡੀ ਵਧੀਆ ਕੰਮ ਕਰ ਰਹੀ ਆ ਤਾਂ ਇਹ 48 ਘੰਟੇ ਦੇ ਵਿੱਚ ਵਿੱਚ ਪੂਰਾ ਹੋ ਜਾਂਦਾ ਜੀ, ਪਰ ਆਪਾਂ ਦੇ ਸਕਦੇ ਹਾਂ 3 ਮਹੀਨੇ ਬਾਅਦ।
साढ़े चार मिलीलीटर ब्लड होंदा जी ते आ देखो कोई पांच मिनट दे तो घट ही टाइम लगा आ ते पूरा हो गया आ। भाई दे सुई कटन लगे वापस ये भाई सैंपल ले टेस्ट कर टेस्टिंग ले पहले देखो होर ब्लड कर लिया तो इतों पक्की सील बंद हो जाती मशीन ना ठीक है जी सुई नाल ही डिस्ट्रॉय करती है ताकि दोबारा ना बरती जाए तो आज का ब्लड है जरा किसी की जान बचाऊगा वही सुई अपने भी लगन लगी है लो जी प्रोसैसिंग शुरू हो गई है ब्लड निकल गया अपने भी ये रिफ्रेशमेंट जी ब्लड बैंक वालों आप मिली गई है जो फॉर्म आप फिल कर देंगे ये लिखा होंगे अपने टेस्ट कि होंगे जी बॉडी में फायदे मिलते बी पी कंट्रोल में रहा नवा ब्लड बनता है फैट कंट्रोल में रही है होर भी बहुत सारे फायदे आ तुम ब्लड देंगे सब तो वही गल किसी की जान बच जाती है। वीडियो चंगी लगी लाइक शेयर कमेंट जरूर करो तो जे चैनल तो नवे हो चैनल सबसक्राइब करना ना भुल्यो तो बैल आइकॉन वाला जरा घंटी वाला बटन जरूर नप लियो।